ਦਸਵੀਂ ਸਰਕਾਰ ਵੱਡੇ ਸਾਹਿਬਜ਼ਾਦੇ ਤੇ ਕੁਝ ਸਿੰਘ ਸਰਸਾ ਨਦੀ ਪਾਰ ਕਰਕੇ ਚਮਕੌਰ ਗੜੀ ਵਿੱਚ ਪਹੁੰਚ ਗਏ ਤੇ ਸਾਧ ਸੰਗ ਜੀ ਇਤਿਹਾਸ ਦੱਸਦਾ ਹੈ ਕਿ ਜਦੋਂ ਗੜੀ ਵਿੱਚ ਪਹੁੰਚੇ ਨੇ ਤੇ ਸਿਰਫ 40 ਕੁ ਸਿੰਘ ਨੇ ਤੇ ਪਿੱਛੇ 10 ਲੱਖ ਦੀ ਫੌਜ ਚੜੀ ਆਉਂਦੀ ਹੈ ਜਿਨੇ ਗੜੀ ਨੂੰ ਚਾਰ ਰਸ਼ ਫੇਰੇ ਘੇਰਾ ਪਾਇਆ ਤੇ ਸਾਧ ਸੰਗ ਜੀ ਦਿਨ ਚੜੇ ਜੰਗ ਸ਼ੁਰੂ ਹੋਈ ਦਸਵੀਂ ਸਰਕਾਰ ਨੇ ਸਿੰਘਾਂ ਨੂੰ ਪੰਜ ਪੰਜ ਦੇ ਜਥੇ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਤੇ ਹੁਣ ਸਾਹਿਬਜ਼ਾਦਾ ਅਜੀਤ ਸਿੰਘ ਜੀ ਵੀ ਪੰਜਾਂ ਸਿੰਘਾਂ ਦੇ ਨਾਲ ਜੰਗ ਦੇ ਮੈਦਾਨ ਵਿੱਚ ਉਤਰੇ ਗਏ 17 ਕੁ ਸਾਲ ਦੀ ਉਮਰ ਹੈ ਪਤਲਾ ਜਿਹਾ ਸਰੀਰ ਹੈ ਮੁਗਲਾਂ ਨੇ ਵੇਖਿਆ ਹੈ ਕਿ ਛੋਟੀ ਜਿਹੀ ਉਮਰ ਹੈ ਬੜਾ ਪਤਲਾ ਸਰੀਰ ਹੈ ਅਸੀਂ ਤੇ ਇਹਨੂੰ ਝਾਟੀ ਕਾਬੂ ਵਿੱਚ ਕਰ ਲੈਣਾ ਹੈ ਪਰ ਸਾਧ ਸੰਗ ਜੀ ਜਦੋਂ ਸਾਹਮਣਾ ਹੋਇਆ ਤਾਂ ਇਹ ਵੀ ਭੁਲੇਖਾ ਦੂਰ ਹੋ ਗਿਆ ਪਤਾ ਲੱਗਾ ਕਿ ਵਾਹ ਕਿਸ ਨਾਲ ਪਿਆ ਹੈ ਦਸਵੀਂ ਸਰਕਾਰ ਜੀ ਦੇ ਸਾਹਿਬਜ਼ਾਦੇ ਨਾਲ ਤੇ ਸਾਧ ਸੰਗ ਜੀ ਗਹਿ ਗਹਿ ਚ ਜੰਗ ਸ਼ੁਰੂ ਹੋਈ ਚਾਰੇ ਪਾਸਿਓਂ ਵਾਰ ਹੁੰਦੇ ਨੇ ਕਿਸੇ ਪਾਸਿਓਂ ਨੇਜਾ ਆਉਂਦਾ ਹੈ ਕਿਸੇ ਪਾਸਿਓਂ ਤੀਰ ਆਉਂਦਾ ਹੈ ਕਿਸੇ ਪਾਸਿਓਂ ਤਲਵਾਰ ਦਾ ਵਾਰ ਆਉਂਦਾ ਹੈ ਤੇ ਸਰੀਰ ਬਹੁਤ ਜ਼ਿਆਦਾ ਜ਼ਖਮੀ ਹੋ ਗਿਆ ਤੇ ਇਹ ਸਭ ਦਸਵੀਂ ਸਰਕਾਰ ਕੱਚੀ ਗੜੀ ਤੇ ਖਲੋ ਕੇ ਵੇਖਦੇ ਪਏ ਨੇ ਤੇ ਸਾਧ ਸੰਗ ਜੀ ਇਤਿਹਾਸ ਵਿੱਚ ਦੱਸਿਆ ਜਾਂਦਾ ਹੈ ਇਤਿਹਾਸਕਾਰ ਦੱਸਦੇ ਨੇ ਕਿ 500 ਦੇ ਕਰੀਬ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਸਰੀਰ ਦੇ ਜ਼ਖਮ ਹੋਏ ਇਹਨੇ ਜ਼ਖਮ ਹੋਣ ਦੇ ਕਰਕੇ ਸਰੀਰ ਵਿੱਚੋਂ ਖੂਨ ਜਿਹੜਾ ਸੀ ਉਹ ਨੁਚੜਨਾ ਸ਼ੁਰੂ ਹੋ ਗਿਆ ਉਧਰੋਂ ਖੂਨ ਨੁਚੜਨਾ ਗਿਆ ਤੇ ਉਧਰੋਂ ਸਰੀਰ ਨੇ ਵੀ ਸਾਥ ਛੱਡਣਾ ਸ਼ੁਰੂ ਕਰ ਜਦੋਂ ਸਰੀਰ ਨੇ ਸਾਥ ਛੱਡਿਆ ਤਾਂ ਸਾਧ ਸੰਗ ਜੀ ਸਰੀਰ ਧਰਤੀ ਤੇ ਡਿੱਗ ਗਿਆ ਕਹਿੰਦੇ ਕਿ ਜਦੋਂ ਧਰਤੀ ਤੇ ਡਿੱਗੇ ਸੀ ਨਾ ਉਹਨਾਂ ਨੇ ਆਪਣਾ ਮੁੱਖ ਦਸਵੀਂ ਸਰਕਾਰ ਵਾਲਾ ਕੀਤਾ ਦਸਵੀਂ ਸਰਕਾਰ ਵਾਲਾ ਮੁੱਖ ਕਰਕੇ ਤੇ ਆਖਰੀ ਫਤਿਹ ਬੁਲਾ ਕੇ ਤੇ ਸ਼ਹੀਦ ਹੋ ਗਏ ਜਾਂਦਾ ਵੈਰੀਆਂ ਦੇ ਸਥਰ
ਫਤਿਹ ਦੇ